ਸਿੱਧੇ ਤੌਰ ਤੇ ਇਲਜ਼ਾਮ ਲੱਗ ਰਹੇ ਨੇ ਕਿ ਲੜਕੀਆਂ ਦੇ ਨਾਲ ਬਦਸਲੂਕੀ ਹੋਈ ਹੈ ਉਹਨਾਂ ਦੇ ਨਾਲ ਸੋਸ਼ਣ ਹੋਇਆ ਹੈਗਾ ਆਖਿਰਕਾਰ ਇਤਾਂ ਦੇ ਹਾਲਾਤ ਬਣੇ ਕਿਉਂਕਿ ਲੜਕੀਆਂ ਨੂੰ ਧਰਨੇ ਤੇ ਬੈਠਣਾ ਪੈ ਰਿਹਾ ਤੇ ਉਹਨਾਂ ਦੀ ਆਵਾਜ਼ ਜਿਹੜੀ ਹੈ ਸਰਕਾਰ ਸੁਣ ਨਹੀਂ ਜਿਹੜਾ ਉਹਨਾਂ ਨਾਲ ਸੋਸ਼ਣ ਹੋਇਆ ਜਿਹੜੀ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਆ ਉਹਦਾ ਕੋਈ ਰਾਸਤਾ ਲੱਭਾ ਨਹੀਂ ਉਹਨਾਂ ਨੇ ਇੱਕ ਪਰਚਾ ਕਰੋ ਸਾਡਾ ਪਰਚਾ ਨਹੀਂ ਦਰਜ ਹੋ ਰਿਹਾ ਤੇ ਆਖਿਰਕਾਰ ਉਹ ਸੁਪਰੀਮ ਕੋਰਟ ਚ ਗਈਆਂ ਮਾਨਯੋਗ ਸੁਪਰੀਮ ਕੋਰਟ ਨੇ ਆਰਡਰ ਕੀਤਾ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਵੀ ਦਿੱਲੀ ਦੇ ਪੁਲਿਸ ਵਾਲਿਆਂ ਨੇ ਉਹਨੂੰ ਅਜੇ ਤੱਕ ਫੜਿਆ ਨਹੀਂ ਉਹ ਤਾਂ ਕਹਿ ਰਿਹਾ ਕਿ ਮੈਂ ਤਾਂ ਕੁਝ ਗਲਤ ਕੀਤਾ ਨਹੀਂ ਮੇਰੀ ਛਵੀ ਨੂੰ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਹੈ ਉਦੋਂ ਪਤਾ ਲੱਗਾ ਕਿ ਬ੍ਰਿਜ ਭੂਸ਼ਣ ਜਿਹੜਾ ਸ਼ਰਨ ਸਿੰਘ ਆ ਇਹ ਇੱਕ ਗੁੰਡਾ ਹੈ ਯੂਪੀ ਦਾ ਪੰਜਾਬ ਤੋਂ ਵੱਧ ਇੱਥੇ ਐਫ ਆਈ ਆਰ ਉਹ ਡਰਾਮੇ ਕਰਦਾ ਜੀ ਕਿ ਮੈਂ ਜੇ ਦੋਸ਼ੀ ਹੋਵਾਂਗਾ ਮੈਨੂੰ ਫਾਂਸੀ ਤੇ ਲਟਕਾ ਦਿਓ ਉਹਨੂੰ ਪਰਣ ਦੇ ਡੇ ਨਹੀਂ ਪਤਾ ਕਿਦਾਂ ਲੱਗੇ ਕਿ ਅਸਰ ਰਸੂਖ ਕਰਕੇ ਹੀ ਉਹਦੇ ਬ੍ਰਿਜ ਭੂਸ਼ਣ ਦੇ ਕਰਕੇ ਇਹ ਸਾਰਾ ਕੁਝ ਨਹੀਂ ਹੋ ਰਿਹਾ ਸੰਭਵ ਕਿ ਉਹਦੀ ਘਟੋ ਘਟ ਨੂੰ ਫੜ ਕੇ ਉੱਤ ਪੁਸ਼ਕਿਸ਼ਤਾ ਕੀਤੀ ਜਾਵੇ ਵੀ ਉਹਦਾ ਪਾਵਰ ਜ਼ਿਆਦਾ ਹੈ ਕਿ ਸਿਆਸੀ ਤੌਰ ਤੇ ਜ਼ਿਆਦਾ ਮਾਹਿਰ ਹੈਗਾ ਬੰਦਾ ਤੇ ਤੁਸੀਂ ਚੋਣ ਦਾ ਜ਼ਿਕਰ ਕਰ ਰਿਹਾ ਸੀ ਕਰਤਾਲ ਪਹਿਰਵਾਨ ਨੂੰ ਤੁਸੀਂ ਲੜਾਈ ਸੀ ਉਹਦੇ ਵਿੱਚ ਵੀ ਕਹਿੰਦੇ ਹੋ ਆਪਣੀ ਪਾਵਰ ਕਰਕੇ ਜਿੱਤ ਤਾਹੀਂ ਮੋਦੀ ਡਰ ਰਿਹਾ ਤਾਹੀਂ ਉਹਨਾਂ ਦੀ ਸਰਕਾਰ ਡਰ ਰਹੀ ਹੈ ਅੱਛੀ ਗੱਲ ਦੋਸਤੋ ਇਸ ਵਕਤ ਤੇ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਯੰਤਰਮੰਤਰ ਤੇ ਪਿਛਲੇ ਕਈ ਦਿਨਾਂ ਤੋਂ ਪਹਿਲਵਾਨਾਂ ਦਾ ਧਰਨਾ ਲਗਾਤਾਰ ਚੱਲ ਰਿਹਾ ਹੈਗਾ ਤਾਂ ਉਸ ਧਰਨੇ ਦੇ ਵਿੱਚ ਬਹੁਤ ਸਾਰੇ ਲੋਕ ਪਹੁੰਚ ਕੇ ਹਮਾਇਤ ਕਰ ਰਹੇ ਨੇ ਕਿ ਆਖਰਕਾਰ ਅਜਿਹੇ ਹਾਲਾਤ ਕਿਉਂ ਬਣੇ ਕਿ ਜਿਹੜੇ ਲੋਕ ਦੇਸ਼ ਦਾ ਮਾਣ ਬਾਕੀ ਕੰਟਰੀਆਂ ਦੇ ਵਿੱਚ ਜਾ ਕੇ ਵਧਾਉਂਦੇ ਸੀ ਉਹਨਾਂ ਨੂੰ ਧਰਨੇ ਤੇ ਬੈਠਣਾ ਪੈ ਰਿਹਾ ਖਾਸ ਕਰਕੇ ਲੜਕੀਆਂ ਦੇ ਨਾਲ ਜਿਸ ਤਰੀਕੇ ਨਾਲ ਸਿੱਧੇ ਤੌਰ ਤੇ ਇਲਜ਼ਾਮ ਲੱਗ ਰਹੇ ਨੇ ਕਿ ਲੜਕੀਆਂ ਦੇ ਨਾਲ ਬਦਸਲੂਕੀ ਹੋਈ ਹੈ ਉਨ੍ਹਾਂ ਦੀ ਨਾਲ ਸੋਸ਼ਣ ਹੋਇਆ ਹੈਗਾ ਤਾਂ ਇਹ ਬੜੀ ਚਿੰਤਾ ਦੀ ਗੱਲ ਹੈ ਤੇ ਦੇਸ਼ ਦੀ ਸਰਕਾਰ ਕਿਉਂ ਇਸ ਮਸਲੇ ਵੱਲ ਧਿਆਨ ਨਹੀਂ ਦੇ ਰਹੀ ਇਹ ਵੀ ਚਿੰਤਾ ਦੀ ਗੱਲ ਹੈ ਸਾਡੇ ਨਾਲ ਅੱਜ ਕਿਉਂਕਿ ਵੱਖ-ਵੱਖ ਲੋਕ ਜਿਹੜੇ ਨੇ ਇਸ ਧਰਨੇ ਦੇ ਵਿੱਚ ਪਹੁੰਚ ਕੇ ਆਪਣੀ ਹਮਾਇਤ ਕਰ ਰਹੇ ਨੇ ਹਰਪਾਲ ਸਿੰਘ ਜੀ ਹੈਗੇ ਸਾਡੇ ਨਾਲ ਕਿਉਂਕਿ ਇਹ ਵੀ ਜਿਹੜੀ ਰੈਸਲਿੰਗ ਫੈਡਰੇਸ਼ਨ ਰਹੀ ਹੈ 7 ਸਾਲ ਉਹਦੇ ਵਾਈਸ ਪ੍ਰਧਾਨ ਰਹੇ ਨੇ ਤਾਂ ਇਹਨਾਂ ਨੇ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ ਤਾਂ ਇਹ ਇਸ ਮਸਲੇ ਨੂੰ ਕਿਸ ਗੰਭੀਰਤਾ ਦੇ ਨਾਲ ਦੇਖਦੇ ਨੇ ਕਿਸ ਤਰੀਕੇ ਨਾਲ ਆਂਕਦੇ ਨੇ ਉਹ ਸਮਝਣਾ ਹੋਵੇਗਾ ਹਰਪਾਲ ਜੀ ਤੁਸੀਂ ਵੀ ਉਸ ਧਰਨੇ ਦੇ ਵਿੱਚ ਜਾ ਕੇ ਆਏ ਹੋ ਆਖਰਕਾਰ ਇਤਾਂ ਦੇ ਹਾਲਾਤ ਬਣੇ ਕਿਉਂਕਿ ਲੜਕੀਆਂ ਨੂੰ ਧਰਨੇ ਤੇ ਬੈਠਣਾ ਪੈ ਰਿਹਾ ਤੇ ਉਹਨਾਂ ਦੀ ਆਵਾਜ਼ ਜਿਹੜੀ ਹੈ ਸਰਕਾਰ ਸੁਣਨੀ ਲਈ ਇਹ ਅੰਤਰਰਾਸ਼ਟਰੀ ਲੜਕੀਆਂ ਜਿਹੜੀਆਂ ਸਾਡੀਆਂ ਜਿਹੜੀਆਂ 골ਡ ਮੈਡਲ 올림픽 ਤੋਂ 골ਡ ਮੈਡਲ ਜਿੱਤ ਕੇ ਲਈ ਆਇਆਂ ਉਹਨਾਂ ਨੂੰ ਬੈਠਣਾ ਇਸ ਕਰਕੇ ਪਿਆ ਕਿ ਉਹਨਾਂ ਦੀ ਜਿਹੜਾ ਉਹਨਾਂ ਨਾਲ ਸੋਸ਼ਲ ਹੋਇਆ ਜਿਹੜੀ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਆ ਉਹਦਾ ਕੋਈ ਰਾਸਤਾ ਲੱਭਾ ਨਹੀਂ ਉਹਨਾਂ ਨੇ 3.5 ਮਹੀਨੇ ਉਹਨਾਂ ਨੇ ਬਹੁਤ ਮੰਤਾਂ ਕੱਡੀਆਂ ਸਪੋਰਟਸ ਮਿਨਿਸਟਰ ਦੀਆਂ ਸਰਕਾਰ ਦੀਆਂ ਪੇਤੇ ਪਰਚਾ ਕਰੋ ਸਾਡਾ ਪਰਚਾ ਨਹੀਂ ਦਰਜ ਹੋ ਰਿਹਾ ਤੇ ਆਖਰਕਾਰ ਉਹ ਸੁਪਰੀਮ ਕੋਰਟ ਚ ਗਈਆਂ ਮਾਨਯੋਗ ਸੁਪਰੀਮ ਕੋਰਟ ਨੇ ਆਰਡਰ ਕੀਤੇ ਵੀ ਐਫ ਆਈ ਆਰ ਕਰਕੇ ਇਹਨੂੰ ਰੈਸਟ ਕੀਤਾ ਜਾਵੇ ਲੇਕਿਨ ਉਹ ਤੋਂ ਬਾਅਦ ਵੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਵੀ ਦਿੱਲੀ ਦੇ ਪੁਲਿਸ ਵਾਲਿਆਂ ਨੇ ਉਹਨੂੰ ਅਜੇ ਤੱਕ ਫੜਿਆ ਨਹੀਂ ਐਫ ਆਈ ਆਰ ਦਰਜ ਹੋਈ ਨੂੰ ਵੀ 20 25 ਦਿਨ ਹੋ ਗਏ ਆ ਤੇ ਅਜੇ ਤੱਕ ਫੜਿਆ ਨਹੀਂ ਸਾਡੀ ਇਹੀ ਮੰਗ ਹੈ ਕਿ ਉਹਨੂੰ ਫੜ ਕੇ ਅੰਦਰ ਕਰੋ ਉਤੇ ਦੋ ਐਫ ਆਈ ਆਰ ਹੋਈਆਂ ਤੇ ਇੱਕ ਐਕਟ ਪੌਸਕੋ ਲਗਾ ਜਿਹੜਾ ਐਕਟ ਮਤਲਬ ਅਨ ਅਵੇਲੇਬਲ ਆ ਔਰ ਘੱਟ ਤੋਂ ਘੱਟ 5 ਸਾਲ ਦੀ ਸਜ਼ਾ ਆ ਅਸੀਂ ਚਾਹੁੰਦੇ ਹਾਂ ਕਿ ਉਹ ਪੌਸਕੋ ਐਕਟ ਦੇ ਅੰਡਰ ਉਹਨੂੰ ਫੜ ਕੇ ਤੇ ਰੈਸਟ ਕੀਤਾ ਜਾਵੇ ਤੇ ਉਹਦੇ ਕੋਲੋਂ ਉਹਦਾ ਰਿਮਾਂਡ ਲਿਆ ਜਾਵੇ ਉਨਕੋ ਪੁੱਛਗਿੱਛ ਕੀਤੀ ਜਾਵੇ ਕਿਉਂਕਿ ਸਾਡੀ ਲੜਕੀਆਂ ਜਿਨ੍ਹਾਂ ਨੇ ਦੁਨੀਆ ਵੇਖੀ ਆ ਉਹਨਾਂ ਨੂੰ ਇਹ ਤਾਂ ਪਤਾ ਨਾ ਕਿ ਸਾਡੇ ਨਾਲ ਗਲਤ ਕੀਤਾ ਹੈ ਬ੍ਰਿਜ ਭੂਸ਼ਨ ਦਾ ਜਦੋਂ ਅਸੀਂ ਜ਼ਿਕਰ ਕਰਦੇ ਆ ਤੁਸੀਂ ਕਿਸ ਤਰੀਕੇ ਨਾਲ ਇਸ ਵਿਅਕਤੀ ਨੂੰ ਜਾਣਦੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਲਗਾਤਾਰ ਸਾਹਮਣੇ ਆ ਰਹੀਆਂ ਉਹ ਤਾਂ ਕਹਿ ਰਿਹਾ ਕਿ ਮੈਂ ਤਾਂ ਕੁਝ ਗਲਤ ਕੀਤਾ ਨਹੀਂ ਮੇਰੀ ਸ਼ੋਭੀ ਨੂੰ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਹੈ ਤੁਸੀਂ ਉਸ ਵਿਅਕਤੀ ਬਾਰੇ ਕਿੰਨਾ ਕੁ ਜਾਣਦੇ ਹੋ ਜਾਂ ਕਿਸ ਤਰੀਕੇ ਨਾਲ ਸਮਝਦੇ ਹੋ ਇਸ ਵਿਅਕਤੀ ਵਾ ਅਸੀਂ ਇਹਦੇ ਖਿਲਾਫ ਤੁਹਾਨੂੰ ਮੈਂ ਤੁਹਾਨੂੰ ਦੱਸਾਂ ਕਿ ਇੱਕ ਦਸ ਲੰਗ ਫੋਡੇਸ਼ਨ ਦੀ ਇਲੈਕਸ਼ਨ ਅਸੀਂ ਕਰਤਾਰ ਪਹਿਲੋਂ ਅੰਜੀ ਨੂੰ ਲੜਾਈ ਸੀ ਉਦੋਂ ਪਤਾ ਲੱਗਾ ਕਿ ਬ੍ਰਿਜ ਪੂਸ਼ਣ ਜਿਹੜਾ ਸ਼ਰਨ ਸਿੰਘ ਆ ਇਹ ਇੱਕ ਗੁੰਡਾ ਹੈ ਯੂਪੀ ਦਾ ਔਰ ਚੌਥੀ ਪੰਜਵੀਂ ਵਾਰੀ ਉਥੋਂ ਮੈਂਬਰ ਪਾਰਲੀਮੈਂਟ ਆ ਔਰ 50 ਤੋਂ ਵੱਧ ਦੇਤੇ ਐਫ ਆਈ ਆਰ ਔਰ ਕਿਸੇ ਵੀ ਐਫ ਆਈ ਆਰ ਦੇ ਵਿੱਚ ਅਜੇ ਤੱਕ ਇਹ ਅੰਦਰ ਨਹੀਂ ਗਿਆ ਆ ਜਿਹੜਾ ਸ਼ੋਸ਼ਨ ਕੁੜੀਆਂ ਦਾ ਕੀਤਾ ਆ ਇਸ ਤੋਂ ਬਾਅਦ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਉਹ ਡਰਾਮੇ ਕਰਦਾ ਜੀ ਕਿ ਮੈਂ ਜੇ ਦੋਸ਼ੀ ਹੋਵਾਂਗਾ ਮੈਨੂੰ ਫਾਂਸੀ ਤੇ ਲਟਕਾ ਦਿਓ ਪੁਲਿਸ ਫੜਨ ਤੇ ਡਈ ਨਹੀਂ ਪਤਾ ਕਿਦਾਂ ਲੱਗੇ ਵੀ ਤੂੰ ਦੋਸ਼ੀ ਹੈ ਕਿ ਨਹੀਂ ਉਹ ਸਾਰੇ ਉਹਦੇ ਡਰਾਮੇਬਾਜ਼ੀ ਆ ਤੇ ਅਸੀਂ ਕਹਿੰਨੇ ਕਿ ਉਹਨੂੰ ਜਲਦੀ ਤੋਂ ਜਲਦੀ ਫੜ ਕੇ ਪਾਸਕੋ ਐਕਟ ਦੇ ਵਿੱਚ ਬੰਦ ਕੀਤਾ ਜਾਵੇ ਰਮਾਨ ਲਿਆ ਜਾਵੇ ਤੇ ਦੇਸ਼ ਦੀਆਂ ਕੁੜੀਆਂ ਜਿਹੜੀਆਂ ਸਾਡੀਆਂ ਲੋਪੇਨ ਕੁੜੀਆਂ ਆ ਉਹਨਾਂ ਨੂੰ ਇਨਸਾਫ ਮਿਲੇ ਤੇ ਇਹਨੂੰ ਜਿਹੜਾ ਮਨਿਸਟਰ ਆ ਸਪੋਰਟਸ ਦਾ ਸਾਡੇ 3.5 ਮਹੀਨੇ ਤੋਂ ਲੜਕੀਆਂ ਉਹਦੇ ਪਿੱਛੇ ਪਿੱਛੇ ਘੁੰਮ ਰੀਆਂ ਸੀ ਉਹ ਅੜਾ ਟੜਾ ਕਰਦਾ ਰਿਹਾ ਮੈਂ ਕਮੇਟੀ ਬਣਾਤੀ ਮੈਂ ਇਹ ਕਰਤਾ ਉਹਨੇ ਐਫ ਆਈ ਆਰ ਦਰਜ ਨਹੀਂ ਕੀਤੀ ਵੈਸੇ ਮੰਨਦੇ ਕਿ ਅਸਰ ਰਸੂਖ ਕਰਕੇ ਹੀ ਉਹਦੇ ਬ੍ਰਿਜ ਭੂਸ਼ਣ ਦੇ ਕਰਕੇ ਇਹ ਸਾਰਾ ਕੁਝ ਨਹੀਂ ਹੋ ਰਿਹਾ ਸੰਭਵ ਕਿ ਉਹਦੀ ਘਟੋ ਘਟੋ ਨੂੰ ਫੜ ਕੇ ਉਹ ਤੋਂ ਪੁਸ਼ਕਿਸ਼ਤਾ ਕੀਤੀ ਜਾਵੇ ਵੀ ਉਹਦਾ ਪਾਵਰ ਜ਼ਿਆਦਾ ਹੈ ਕਿ ਸਿਆਸੀ ਤੌਰ ਤੇ ਜ਼ਿਆਦਾ ਮਾਹਰ ਹੈਗਾ ਬੰਦਾ ਤੇ ਤੁਸੀਂ ਚੋਣ ਦਾ ਜ਼ਿਕਰ ਕਰ ਰਿਹਾ ਸੀ ਕਰਤਾਲ ਪਹਿਰਵਾਨ ਨੂੰ ਤੁਸੀਂ ਲੜਾਈ ਸੀ ਉਹਦੇ ਵਿੱਚ ਵੀ ਕਹਿੰਦੇ ਹੋ ਆਪਣੀ ਪਾਵਰ ਕਰਕੇ ਜਿੱਤ ਗਿਆ ਬਿਲਕੁਲ ਠੀਕ ਹੈ ਜੀ ਉਹਦਾ ਅਸਰ ਸੂਕ ਤੇ ਇਸ ਪਾਰਟੀ 'ਚ ਹੋਏਗਾ ਹੀ ਤਾਂ ਹੀ ਮੋਦੀ ਡਰ ਰਿਹਾ ਤਾਂ ਹੀ ਉਹਨਾਂ ਦੀ ਸਰਕਾਰ ਡਰ ਰਹੀ ਆ ਤੇ ਅਸੀਂ ਕਹਿੰਦੇ ਵੀ ਸਰਕਾਰ ਜਿਹੜੀ ਆ ਉਹ ਅੱਖਾਂ ਤੇ ਕੰਨ ਆਪਣੇ ਅੱਖਾਂ ਵੀ ਖੋਲੇ ਤੇ ਕੰਨ ਬੰਦ ਨਾ ਕਰੇ ਤੇ ਲੋਕਾਂ ਦੀ ਆਵਾਜ਼ ਸੁਣੇ ਦੇਸ਼ ਦੇ ਲੋਕਾਂ ਦੀ ਆਵਾਜ਼ ਸੁਣੋ ਇਹ ਇਕੱਲੇ ਸਾਡੇ ਰੈਸਲਿੰਗ ਫੈਡਰੇਸ਼ਨ ਜਾਂ ਐਜ਼ ਅ ਮੈਂ ਰੈਸਲਰ ਨਹੀਂ ਕਹਿ ਰਿਹਾ ਮੈਂ ਇੰਟਰਨੈਸ਼ਨਲ ਰੈਸਲਰ ਰਿਆਂ ਇਹ ਆਵਾਜ਼ ਹੁਣ ਸਾਰੇ ਦੇਸ਼ ਦੇ ਲੋਕਾਂ ਦੀ ਬਣ ਗਈ ਆ ਇਹ ਆਵਾਜ਼ ਘਰ ਘਰ ਤੱਕ ਪਹੁੰਚ ਰਹੀ ਆ ਔਰ ਅਸੀਂ ਲੜਕੀਆਂ ਦੀ ਹਮਾਇਤ ਕਰਦੇ ਆ ਜਿੰਨਾ ਚਿਰ ਉਹਨਾਂ ਨੂੰ ਫੜ ਕੇ ਅੰਦਰ ਨਹੀਂ ਕੀਤਾ ਜਾਂਦਾ ਤਦ ਤੱਕ ਅਸੀਂ ਉਹਨਾਂ ਕੁੜੀਆਂ ਦਾ ਸਾਥ ਦੇ ਰਹੇ ਆ ਇੱਕ ਬੜੀ ਅਹਿਮ ਚੀਜ਼ ਆ ਸਰ ਤੁਸੀਂ ਵੀ ਮੈਨੂੰ ਲੱਗਦਾ ਕਿ ਤੁਹਾਡੇ ਤੋਂ ਵੀ ਬੜੀ ਅਹਿਮ ਜ਼ਿੰਮੇਵਾਰੀ ਸੀ ਜਦੋਂ ਵਾਈਸ ਪ੍ਰਧਾਨ ਸੀਗੇ ਤਾਂ ਤੁਸੀਂ ਵੀ ਲੜਕੀਆਂ ਨੂੰ ਵੱਖ-ਵੱਖ ਮੁਲਕਾਂ ਦੇ ਵਿੱਚ ਲੈ ਕੇ ਜਾਂਦੇ ਰਹੇ ਹੋ ਉੱਥੇ ਮੈਚ ਹੁੰਦੇ ਸੀਗੇ ਤੁਸੀਂ ਨਾਲ ਜਾਂਦੇ ਰਹੇ ਹੋ ਉਸ ਵੇਲੇ ਦਨੀਆਂ ਘਟਨਾਵਾਂ ਕਿਉਂ ਨਹੀਂ ਸਾਹਮਣੇ ਆਈਆਂ ਕਿ ਇਸ ਵੇਲੇ ਹੀ ਕਿਉਂਕਿ ਇਹ ਕਹਿੰਦੇ ਕਿ ਬੜੇ ਲੰਬੇ ਸਮੇਂ ਤੋਂ ਇਹ ਚੀਜ਼ਾਂ ਹੋ ਰਹੀਆਂ ਸੀ ਪਰ ਕੋਈ ਡਰਦਾ ਮਾਰ ਅੱਗੇ ਨਹੀਂ ਆ ਰਿਹਾ ਇਹ ਘਟਨਾਵਾਂ ਦੇ ਸਾਨੂੰ ਤੇ ਉਦੋਂ ਸਾਡੇ ਜਿਹੜੇ ਰੈਸਲਿੰਗ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਸੀ ਐਮਐਸ ਮਲਕ ਸਾਹਿਬ ਡੀਜੀਪੀ ਰਿਟਾਇਰ ਹੋਏ ਹਰਿਆਣੇ ਤੋਂ ਉਹਨਾਂ ਦਾ ਇਹ ਹਮੇਸ਼ਾ ਰਹਿੰਦਾ ਸੀ ਕਿ ਭਈ ਆਫਿਸ ਵੀ ਮੈਂ ਇੰਕ੍ਰੀਮ ਸੰਭਾਲਦਾ ਸੀ ਕਿਉਂਕਿ ਉਹ ਤੇ ਡੀਜੀਪੀ ਬਿਜ਼ੀ ਸੀਗੇ ਜੇ ਲੋਕ ਬਾਹਰ ਜਾਣਾ ਜਾਂ ਆਫਿਸ ਜਾਂ ਜਾਂ ਟ੍ਰਾਇਲ ਹੋਣੇ ਆ ਜਾਂ ਕੈਂਪ ਲੱਗਦੇ ਆ ਉਹਨਾਂ ਦੇ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਅਸੀਂ ਨਿਭਾਉਂਦੇ ਸੀ ਕਿ ਕੋਈ ਬਾਹਰ ਦਾ ਬੰਦਾ ਕੋਈ ਅੰਦਰ ਦਾ ਬੰਦਾ ਕਿਸੇ ਕੁੜੀ ਨੂੰ ਉਹ ਇਹ ਵੀ ਨਾ ਆਖੇ ਉਂਗਲੀ ਵੀ ਨਹੀਂ ਕਰ ਸਕਦਾ ਕਿਉਂਕਿ ਅਸੀਂ ਇਹਨਾਂ ਦਾ ਡਰ ਰੱਖਿਆ ਸੀ ਵੀ ਜਿੰਨੇ ਕੋਈ ਇਸ਼ਾਰਤ ਕੀਤੀ ਜਿਹਦਾ ਸੁਣ ਲਿਆ ਉਹਨੂੰ ਫਿਰ ਅਸੀਂ ਅਗਲੀ ਵਾਰੀ ਟੀਮ ਦੇ ਵਿੱਚ ਲੈ ਕੇ ਨਹੀਂ ਜਾਵਾਂਗੇ ਰਾਨੀ ਹੈ ਇਸ ਗੱਲ ਦੀ ਕਿ ਤੁਸੀਂ ਧੀਆ ਵਾਂਗੂ ਰੱਖਦੇ ਸੀ ਉਹਨਾਂ ਨੂੰ ਕੁੜੀਆਂ ਨੂੰ ਜਦੋਂ ਬਾਹਰ ਜਾਂਦੀਆਂ ਸੀ ਤੇ ਇੱਕ ਵਿਅਕਤੀ ਆਉਂਦਾ ਤੇ ਉਹ ਗਲਤ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦਾ ਲੱਗਦਾ ਕਿ ਚਿੰਤਾ ਦੀ ਗੱਲ ਹੈ ਕਿ ਐਕਸ਼ਨ ਹੋਣਾ ਚਾਹੀਦਾ ਜਲਦੀ ਤੋਂ ਜਲਦੀ ਐਕਸ਼ਨ ਹੋਣਾ ਚਾਹੀਦਾ ਤਾਂ ਜੋ ਇੱਕ ਮੈਸੇਜ ਆਵੇ ਵੀ ਅੱਗੇ ਤੋਂ ਕੋਈ ਇਦਾਂ ਦੀ ਹਰਕਤ ਨਾ ਕਰੇ ਬਿਲਕੁਲ ਮੈਸੇਜ ਜਾਣਾ ਚਾਹੀਦਾ ਸਰ ਇਹ ਤੇ ਜੇ ਇੰਟਰਨੈਸ਼ਨਲ 올ੰਪੀਅਨ ਕੁੜੀਆਂ ਨਾਲ ਇਸ ਤਰ੍ਹਾਂ ਹੋ ਗਿਆ ਤੇ ਆਮ ਜਿਹੜੇ ਘਰ ਦੀ ਕੁੜੀ ਆ ਜਿਹੜੀ ਕਦੀ ਸਕੂਲ ਜਾਂਦੀ ਆ ਕਾਲਜ ਜਾਂਦੀ ਆ ਜਾਂ ਆਪਣੀ ਕੋਈ ਕੁਝ ਸਰਵਿਸ ਕਰਦੀ ਆ ਉਹਨਾਂ ਦਾ ਕੀ ਹੋਏਗਾ ਜੇ 올림픽 ਜਿੱਤ ਕੇ ਲਿਆਉਣ ਵਾਲੀਆਂ ਕੁੜੀਆਂ ਤੁਸੀਂ ਜਦੋਂ 올림픽 ਜਿੱਤ ਕੇ ਲਿਆਉਂਦੀਆਂ ਉਦੋਂ ਤੁਸੀਂ ਪਿੱਛੇ ਪਿੱਛੇ ਫਿਰਦੇ ਹੋ ਪੀਐਮ ਕਹਿੰਦਾ ਮੇਰੇ ਨਾਲ ਫੋਟੋ ਖਿਚਾਓ ਸਪੋਰਟਸ ਮਿਨਿਸਟਰ ਕਹਿੰਦਾ ਮੇਰੇ ਨਾਲ ਫੋਟੋ ਖਿਚਾਓ ਤੇ ਹੁਣ ਉਹ ਫੁੱਟਪਾਥਾਂ ਦੇ ਬੈਠੀਆਂ ਹੁਣ ਉਹਨਾਂ ਦੀ ਆਵਾਜ਼ ਨਹੀਂ ਸੁਣਦੇ ਤੇ ਅਸੀਂ ਉਹਨਾਂ ਦਾ ਸਮਰਥਨ ਕਰਦੇ ਆ ਆਲ ਇੰਡੀਆ ਜੱਟ ਮਾਂ ਸਭਾ ਵੱਲੋਂ ਮੈਂ ਦੱਸਿਆ ਪਹਿਲਾਂ ਕਿ ਮੈਂ ਵਾਈਸ ਪ੍ਰੈਜ਼ੀਡੈਂਟ ਰਿਆਂ ਹੈਗਾ ਸੌਰੀ ਵਾਈਸ ਪ੍ਰੈਜ਼ੀਡੈਂਟ ਰੈਸਲਿੰਗ ਫੈਡਰੇਸ਼ਨ ਦਾ ਰਿਹਾ ਲੇਕਿਨ ਸਟਿਲ ਆਈ ਐਮ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਲ ਇੰਡੀਆ ਜਾਟ ਮਹਾਸਭਾ ਐਂਡ ਪ੍ਰੈਜ਼ੀਡੈਂਟ ਪੰਜਾਬ ਜਾਟ ਮਹਾਸਭਾ ਆਲ ਇੰਡੀਆ ਜਾਟ ਮਹਾਸਭਾ ਤੇ ਅਸੀਂ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ ਮੈਂ ਔਰ ਟਕੈਦ ਸਾਹਿਬ ਧਰਨੇ ਤੋਂ ਜਾ ਕੇ ਆਏ ਹਾਂ ਹੁਣ ਪੂਰੇ ਪੰਜਾਬ ਚ ਅਸੀਂ ਮੋਦੀ ਦਾ ਪੁਤਲਾ ਫੂਕੋ ਅਭਿਆਨ ਚਲਾਇਆ ਔਰ ਹਰ ਜ਼ਿਲ੍ਹੇ ਦੇ ਵਾਰੀਆਂ ਬੰਦ ਦਿੱਤੀਆਂ ਕਿ ਵੀ ਤੁਸੀਂ ਉੱਥੇ ਧਰਨੇ ਤੇ ਪਹੁੰਚਣਾ। ਇਹ ਵੀ ਇੱਕ ਚਰਚਾ ਚੱਲ ਰਹੀ ਹੈ ਕਿ 21 April ਨੂੰ ਵੀ ਕੋਈ ਵੱਡਾ ਇਕੱਠ ਕਰ ਰਾ 21 May ਨੂੰ। 1 May ਨੂੰ ਵੀ ਵੱਡਾ ਹੀ ਇਕੱਠ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈਗੀ ਤੇ ਨਾਲ ਦੇ ਨਾਲ ਉਹਨਾਂ ਲੜਕੀਆਂ ਨੂੰ ਜਦੋਂ ਮਿਲੇ ਉਹਨਾਂ ਦੀ ਮਨੋਵਿਵਸਥਾ ਕੀ ਸੀਗੀ? ਲੜਕੀਆਂ ਕੁਭਰਾਈਆਂ ਸੀ ਜੀ ਬਹੁਤ। ਮੈਂ ਐਸਾ ਬੜਾ ਬੈਠੇ ਰਹੇ ਰੋਣੋਂ ਨਹੀਂ ਸੀ ਹਟਦੀਆਂ। ਤੇ ਉਹ ਇਹ ਨਵੀਆਂ ਕੁੜੀਆਂ ਆਈਆਂ ਮੈਨੂੰ ਲੇਕਿਨ ਇਹ ਜਿਹੜਾ ਫੋਗਟ ਪਰਿਵਾਰ ਆ ਨਾ ਇਹ ਆਪਣਾ ਹਰਿਆਣੇ ਚ ਇੱਕ ਪਰਿਵਾਰ ਆ। ਉਹਨਾਂ ਦੇ ਪਰਿਵਾਰ ਚੋਂ ਦੇ ਦੋ ਲੜਕੀਆਂ ਇੱਥੇ ਵੀ ਆ। ਔਰ ਉਹ ਮੈਂ ਕਿਹਾ ਜੀ ਤੁਸੀਂ ਮੈਨੂੰ ਬੇਟੇ ਜਾਣਦੇ ਦੀ ਉਹ ਕਹਿੰਦੇ ਤੁਹਾਡਾ ਨਾਮ ਤੇ ਸੁਣਿਆ ਸਾਡੀਆਂ ਭੈਣਾਂ ਦੱਸਤੀਆਂ ਨਹੀਂ ਆ। ਤੇ ਇਹ ਜਿਹੜਾ 21 ਤਰੀਕ ਦਾ ਤੁਸੀਂ ਦੱਸ ਰਹੇ ਹੋ ਨਾ ਉਸ ਦਿਨ ਅਸੀਂ ਐਲਾਨ ਕਰ ਦੇਣਾ ਵੀ ਜੇ ਇਹਨਾਂ ਲੜਕੀਆਂ ਨਾਲ ਇਨਸਾਫ ਨਾ ਹੋਇਆ ਤੇ ਇਦਾਂ ਕਰਾਂਗੇ। ਉਹ ਫਿਰ 21 ਤਰੀਕ ਨੂੰ ਦੱਸਾਂਗੇ ਜੀ ਵੀ ਸਾਡਾ ਨੈਕਸਟ ਐਕਸ਼ਨ ਕੀ ਆ। ਲੈਕਿਨ ਸਾਡੇ ਸਾਰੇ ਪ੍ਰਦੇਸ਼ਾਂ ਚੋਂ ਉਹਨੀਆਂ ਸਟੇਟਾਂ ਚ ਸੜੀ ਆ ਅਲ ਇੰਡੀਆ ਜਾਟ ਮਾਨ ਸਭਾ ਦੇ ਪ੍ਰਧਾਨ ਨੇ ਸਾਡੀਆਂ ਬਾਡੀਆਂ ਆ ਔਰ ਸਾਥ ਦੇ ਰਹੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸੁਨਯੁਕਤ ਕਿਸਾਨ ਮੋਰਚਾ ਖਾ ਪੰਚਾਇਤਾਂ ਔਰ ਹੋਰ ਜਿੰਨੇ სპੋਰਟਸਮੈਨ ਵੱਡੇ ਹੋਏ ਆ ਆਪਣਾ ਸਿੱਧੂ ਸਾਹਿਬ ਨੇ ਤੰਦੂਲ ਕਰ ਧੋਨੀ ਇਸ ਸਾਰੇ ਉਹ ਕੁੜੀਆਂ ਦੇ ਨਾਲ ਸਿੱਧੂ ਸਾਹਿਬ ਤੇ ਜਾ ਕੇ ਵੀ ਆਏ ਔਰ ਪ੍ਰੇਨਕਾ ਗਾਂਧੀ ਜਾ ਕੇ ਆਈਏ ਉਹਨਾਂ ਨੇ ਇਸ ਗੱਲ ਦਾ ਅਸਰ ਕਰਨਾਟਕਾ 'ਚ ਹੋਇਆ ਲੋਕਾਂ ਨੇ ਰਿਜ਼ਲਟ ਦਿੱਤਾ ਲੋਕਾਂ ਨੇ ਰਿਜ਼ਲਟ ਦਿੱਤਾ ਕਰਨਾਟਕਾ 'ਚ ਪ੍ਰੇਨਕਾ ਨੇ ਇਹ ਗੱਲ ਕਹੀ ਹੈ ਕਿ ਹਮਾਰੇ ਦੇਸ਼ ਕੀ ਉਹ ਇਹ ਕਹਤੇ ਹਨ ਲੜਕੀ ਬਚਾਓ ਲੜਕੀ ਪੜ੍ਹਾਓ ਤੋ ਜੇ ਲੰਪੀਆਂ ਲੜਕੀਆਂ ਕੇ ਸਾਥ ਐਸੇ ਹੋ ਰਹਾ ਤਾਂ ਕਾਂ ਸੁਰੱਖਿਤ ਹਨ ਲੜਕੀਆਂ ਦੇਸ਼ ਕੀ ਭਾਰਤ ਦੇਸ਼ ਕੀ ਲੜਕੀਆਂ ਸੁਰੱਖਿਤ ਕਹਾਂ ਹੈ ਇਹ ਇਹ ਸਿਚੋਨੇ ਕਿ ਇੱਕ ਵੱਡੇ ਲੈਵਲ ਤੇ ਉਹਨੂੰ ਫੜ ਕੇ ਸਰਕਾਰ ਸਰਕਾਰ ਜੇ ਨਜ਼ਰ ਨਾ ਚਾਹੇਗੀ ਨਾ ਸੈਂਟਰ ਦੀ ਅਮਿਤ ਸ਼ਾ ਮੋਦੀ ਜੀ ਫੇਰ ਆਪਣਾ ਇਹ ਸਪੋਰਟਸ ਮਿਨਿਸਟਰ ਇਹ ਅੱਖਾਂ ਆਪਣੀਆਂ ਖੋਲਣ ਕੰਨ ਆਪਣੇ ਖੋਲਣ ਤੇ ਬੇਸ਼ਰਮੀ ਨਾ ਕਰਨ ਇਨਸਾਫ ਤੋਂ ਹੀ ਦੇਣਾ ਦਿਓ ਇਨਸਾਫ ਕੋਈ ਝੂਠ ਥੋੜਾ ਬੋਲਨੀ ਆ ਲੜਕੀਆਂ ਕਿਹੜੀ ਲੜਕੀ ਹੈ ਜਿਹੜੀ ਕਹੇਗੀ ਜੇ ਆਸ ਬੰਦੇ ਨੇ ਮੈਨੂੰ ਛੇੜਿਆ ਨਜਾਇਜ਼ ਗੱਲ ਤੇ ਹੋਈ ਆ ਨਾ ਤੇ ਗੱਲ ਜਿਹੜੀ ਹੋਈ ਆ ਉਹ ਪਰਚਾ ਦਰਜ ਕਰਾ ਰਹੀ ਆ ਤੇ ਤੁਸੀਂ ਹਰ ਨਾਗਰਿਕ ਦਾ ਹਿੰਦੁਸਤਾਨ ਦੇ ਦਾ ਹੱਕ ਹੈ ਕਿ ਉਹ ਆਪਣੀ ਐਫ ਆਈ ਆਰ ਦਰਜ ਕਰਵਾ ਸਕਦਾ ਤੁਸੀਂ ਕਰਵਾ ਸਕਦੇ ਹੋ ਮੈਂ ਵੀ ਕਰਵਾ ਸਕਦਾ ਕਿ ਮੇਰੇ ਨਾਲ ਆ ਬੇਇਨਸਾਫੀ ਹੋਈ ਆ ਉਹਨਾਂ ਸਾਢੇ 3 ਮਹੀਨੇ ਤੋਂ ਪਰਚਾ ਹੀ ਨਹੀਂ ਦਰਜ ਕੀਤਾ 3 ਮਹੀਨੇ ਫਿਰ ਮਾਨਯੋਗ ਸੁਪਰੀਮ ਕੋਰਟ ਨੇ ਆਰਡਰ ਕੀਤੇ ਕਿ 24 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਤੇ ਇਹਦੇ ਤੇ ਪਰਚਾ ਤਰਜ ਕਰੋ ਔਰ ਇਹਨੂੰ ਅਰੈਸਟ ਕਰੋ ਪਾਸਕੋ ਐਕਟ ਵੀ ਲਗਾ ਦੋ ਦੋ ਤਰਾਵਾਂ ਲੱਗੀਆਂ ਐਫ ਆਈ ਆਰਾਂ ਦੋ ਹੋ ਗਈਆਂ ਇੱਕ ਤੇ ਪਾਸਕੋ ਲੱਗ ਗਈ ਆ ਕਿਉਂਕਿ ਲੜਕੀ ਉਹ ਜਿਹੜੀ ਸਾਡੀ ਹੈਗੀ ਉਹ ਮਾਈਨਰ ਆ ਹਾਂਜੀ ਤੋਂ ਪਾਸਕੋ ਐਕਟ ਦੇ ਅੰਦਰ ਇਹਨੂੰ ਫੜ ਕੇ ਬੰਦ ਕੀਤਾ ਜਾਵੇ ਇੱਥੇ ਕੇਸ ਚੱਲੇ ਤੇ ਇਹਨੂੰ ਸਸਪੈਂਡ ਕੀਤਾ ਜਾਵੇ ਗਾਂ ਸਾਰੀ ਉਮਰ ਇਹ ਇਲੈਕਸ਼ਨਲ ਅਟਿਸਕੇ ਇਹ ਗੁੰਡੇ ਆ ਬਦਮਾਸ਼ਾ ਨਹੀਂ ਫੁਟਰੇਸ਼ਨਾਂ ਚ ਚਲਾਉਣੀਆਂ ਤੇ ਫਿਰ ਤੇ ਇਦਾਂ ਸਾਰੇ ਦੇਸ਼ ਦੇ ਗੁੰਡੇ ਇਕੱਠੇ ਹੋ ਕੇ ਸਪੋਰਟਸ ਨੂੰ ਤਬਾਹ ਕਰ ਦੇਣਗੇ ਜੀ ਬਹੁਤ ਸ਼ੁਕਰੀਆ ਜੀ ਇਸ ਹਨ ਹਰਪਾਲ ਜੀ ਜਿਹੜੇ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਨੇ ਉਸ ਫੈਡਰੇਸ਼ਨ ਦੇ ਜਿੱਥੇ ਇਹ ਸਾਰੀ ਘਟਨਾ ਵਾਪਰੀ ਹੈ ਤਾਂ ਦੱਸਿਆ ਕਿ ਅਸੀਂ ਵੀ ਜਾਣਦੇ ਰਹੇ ਹਾਂ ਲੜਕੀਆਂ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਪਰ ਅੱਜ ਤੱਕ ਇਦਾਂ ਦੀ ਘਟਨਾ ਨਹੀਂ ਹੋਣ ਦਿੱਤੀ ਪਰ ਚਿੰਤਾ ਦੀ ਗੱਲ ਹੈ ਕਿ ਇੰਨਾ ਲੰਮਾ ਸਮਾਂ 골ਡ ਮੈਡਲਿਸਟ ਜਿਹੜੀਆਂ ਲੜਕੀਆਂ ਜਿਹੜੇ ਵੱਡੇ ਵੱਡੇ ਮੈਦਾਨਾਂ ਦੇ ਵਿੱਚ ਲੜਦੀਆਂ ਰਹੀਆਂ ਨੇ ਦੇਸ਼ ਦਾ ਮਾਣ ਵਧਾਉਂਦੀਆਂ ਰਹੀਆਂ ਨੇ ਅੱਜ ਉਹ ਸੜਕਾਂ ਤੇ ਉਤਰ ਕੇ ਆਪਣਾ ਹੱਕ ਲੈਣ ਦੇ ਲਈ ਜਾਂ ਆਪਣੀ ਆਵਾਜ਼ ਰੱਖਣ ਦੇ ਲਈ ਮਜਬੂਰ ਹੋਈਆਂ ਪਈਆਂ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਜਰੂਰ ਸਾਂਝੇ ਕਰੋ ਸਹਿਯੋਗੀ ਅਰਜਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ ਨਿਊਜ਼ ਓਨਲੀ ਚੰਡੀਗੜ੍ਹ